ਹਾਂਜੀ ਸਟੂਡੈਂਟਸ ਵੈਲਕਮ। ਸਾਡਾ ਟੌਪਿਕ ਪੀਅਰ ਟਿਊਟੋਰਿੰਗ। ਪੀਅਰ ਟਿਊਟੋਰਿੰਗ ਆ ਜਿਹੜਾ ਇਨਕਲੂਸਿਵ ਐਜੂਕੇਸ਼ਨ 'ਚ ਵੈਰੀ ਵੈਰੀ ਇੰਪੋਰਟੈਂਟ ਅਪਰੋਚ ਆ ਇੱਕ ਟੀਚਿੰਗ ਸਟ੍ਰੈਟਜੀਜ਼ ਦੀ, ਤਾਂ ਅਸੀਂ ਇਹਨੂੰ ਡਿਸਕਸ ਕਰਾਂਗੇ। ਫੁੱਲ ਕੁਐਸਚਨ ਆ ਜਿਹੜਾ 12 ਮਾਰਕਸ ਦਾ, ਇਹਦੇ ਵਿੱਚ ਅਸੀਂ ਡਿਸਕਸ ਕਰਾਂਗੇ ਕੀ ਕੁਛ ਇਹਦੇ 'ਚ ਆ ਸਕਦਾ ਹੈ। ਇਨ ਇਨਕਲੂਸਿਵ ਐਜੂਕੇਸ਼ਨ ਪੀਅਰ ਟਿਊਟੋਰਿੰਗ ਇਜ਼ ਅ ਟੀਚਿੰਗ ਸਟ੍ਰੈਟਜੀ that involves pairing students with the different abilities or strengths to support each other's learning. ਇੱਕ ਦੂਜੇ ਦੀ ਸਹਾਇਤਾ ਕਰਦੇ ਨੇ ਬੱਚੇ ਪੜ੍ਹਨ ਦੇ ਵਿੱਚ, ਸਿੱਖਣ ਦੇ ਵਿੱਚ। ਇਟ ਫਾਸਟਰਸ ਕੋਲੈਬੋਰੇਸ਼ਨ, ਸੋਸ਼ਲ ਇੰਟਰੈਕਸ਼ਨ ਐਂਡ ਅਕੈਡਮਿਕ ਗਰੋਥ ਬਾਏ ਪ੍ਰੋਵਾਈਡਿੰਗ ਓਪਰਚੁਨਿਟੀਜ਼ ਫਾਰ ਸਟੂਡੈਂਟਸ ਟੂ ਬੋਥ ਟੀਚ ਐਂਡ ਲਰਨ ਫਰੋਮ ਦੇਅਰ ਪੀਅਰਸ। ਪੜ੍ਹਨ ਪੜ੍ਹਾਉਣ ਦੀ ਸਮਰੱਥਾ ਹੈ ਜਿਹੜੀ ਬੱਚਿਆਂ ਦੇ ਵਿੱਚ ਪੈਦਾ ਹੁੰਦੀ ਹੈ। ਮੀਨਿੰਗ ਜਿਹੜਾ ਇਹ ਪੀਅਰ ਟਿਊਟੋਰਿੰਗ ਦਾ ਉਹ ਕੀ ਆ, ਇਟ ਇਜ਼ ਅ ਫੋਰਮ ਆਫ ਕੋਲੈਬੋਰੇਟਿਵ ਲਰਨਿੰਗ ਵੇਅਰ ਸਟੂਡੈਂਟਸ ਵਰਕ ਟੂਗੈਦਰ ਇਨ ਪੇਅਰਸ ਔਰ ਸਮਾਲ ਗਰੁੱਪਸ ਵਿਦ ਵਨ ਸਟੂਡੈਂਟ ਸਰਵਿੰਗ ਐਸ ਦਾ ਟਿਊਟਰ ਐਂਡ ਦਾ ਅਦਰ ਐਸ ਦਾ ਟਿਊਟੀ। ਦਾ ਟਿਊਟਰ ਹੈਲਪਸ ਗਾਈਡੈਂਸ ਐਂਡ ਫੀਡਬੈਕ ਟੂ ਦਾ ਟਿਊਟੀ, ਹੈਲਪਿੰਗ ਦੈਮ ਅੰਡਰਸਟੈਂਡ ਕੰਸੈਪਟਸ, ਕੰਪਲੀਟ ਅਸਾਈਨਮੈਂਟਸ ਐਂਡ ਇੰਪਰੂਵ ਅਕੈਡਮਿਕ ਸਕਿੱਲਸ। ਤਾਂ ਗਰੁੱਪ ਜਿਹੜੀ ਲਰਨਿੰਗ ਹੁੰਦੀ ਹੈ ਇਹਦੇ ਵਿੱਚ ਇੱਕ ਬੱਚਾ ਹੈ ਜਿਹੜਾ ਉਹ ਟਿਊਟਰ ਦਾ ਕੰਮ ਕਰਦਾ ਹੈ, ਬਾਕੀ ਬੱਚਿਆਂ ਨੂੰ ਪੜ੍ਹਾਉਂਦਾ ਹੈ। ਫਿਰ ਪ੍ਰਿੰਸੀਪਲਸ ਆਫ ਪੀਅਰ ਟਿਊਟੋਰਿੰਗ, ਰੈਸੀਪ੍ਰੋਕਲ ਲਰਨਿੰਗ। ਪੀਅਰ ਟਿਊਟੋਰਿੰਗ ਇਨਵੋਲਵਸ ਰੈਸੀਪ੍ਰੋਕਲ ਲਰਨਿੰਗ ਵੇਅਰ ਬੋਥ ਦਾ ਟਿਊਟਰ ਐਂਡ ਟਿਊਟੀ ਬੈਨੀਫਿਟ ਫਰੋਮ ਦਾ ਇੰਟਰੈਕਸ਼ਨ। The tutor reinforces their own understanding of the material by teaching it to others, while the tutee receives personalized support and feedback. Phir hai positive interdependency, ik dooje te nirbhar karde ne positively. Peer tutoring promotes positive interdependence as both students have a vested interest in each other's success. The tutor's success depends on the tutee's understanding and progress, fostering a supportive and collaborative learning environment. Scaffolding and support. The tutor provides scaffolding and support tailored to the tutee's needs, gradually withdrawing assistance as the tutee gains confidence and mastery of the material. Fir hai peer modeling. Peer tutoring allows students to learn from peer models who may better understand their learning styles and communication preferences, making the learning process more relatable and accessible. Social interaction. Peer tutoring encouraging social interaction and peer relationship, promoting a sense of belonging and community with the classroom. ਤਾਂ ਅਸੀਂ ਕਹਿੰਦੇ ਹਾਂ ਕਿ ਜਿਹੜੇ ਬੱਚੇ ਨੇ ਬੱਚਿਆਂ ਨੂੰ ਜ਼ਿਆਦਾ ਵਧੀਆ ਢੰਗ ਨਾਲ ਸਿਖਾ ਸਕਦੇ, ਜਿਹੜੇ ਸਲੋ ਲਰਨਰ ਨੇ ਉਹਨਾਂ ਨੂੰ ਸਿਖਾਉਣ ਲਈ ਅਸੀਂ ਇਹ ਚੀਜ਼ ਦਾ ਪ੍ਰਯੋਗ ਕਰ ਸਕਦੇ ਹਾਂ। ਪੀਅਰ ਟਿਊਟੋਰੀਅਲ ਜਿਹੜੇ ਨੇ ਪੀਅਰ ਗਰੁੱਪ ਦੇ ਵਿੱਚ ਸਿੱਖਣਾ, ਤਾਂ ਉਹ ਬੱਚੇ ਨੇ ਜਿਹੜੇ ਉਹਨਾਂ ਦੇ ਲੈਵਲ ਤੱਕ ਜਾ ਕੇ ਉਹਨਾਂ ਨੂੰ ਸਿਖਾ ਸਕਦੇ ਨੇ। ਫਿਰ ਕੀ ਕੰਪੋਨੈਂਟਸ ਇਸ ਦੇ ਪੀਅਰ ਟਿਊਟੋਰਿੰਗ ਦੇ, ਨੰਬਰ 1 ਤੇ ਕਰਨਾ ਪੇਅਰਿੰਗ ਬਣਾਉਣੀ ਹੈ। ਸਟੂਡੈਂਟਸ ਆਰ ਪੇਅਰਡ ਬੇਸਡ ਔਨ ਦੇਅਰ ਸਟਰੈਂਥਸ, ਐਬਿਲਿਟੀਜ਼ ਐਂਡ ਲਰਨਿੰਗ ਨੀਡਸ। ਪੇਅਰਿੰਗ ਮੇ ਬੀ ਹੋਮੋਜੀਨੀਅਸ ਔਰ ਹੈਟਰੋਜੀਨੀਅਸ।
ਅੱਗੇ ਟ੍ਰੇਨਿੰਗ ਆ, ਟਿਊਟਰ ਮੇ ਰਿਸੀਵ ਟ੍ਰੇਨਿੰਗ ਔਰ ਗਾਈਡੈਂਸ ਔਨ ਇਫੈਕਟਿਵ ਟਿਊਟੋਰਿੰਗ ਸਟ੍ਰੈਟਜੀਜ਼, ਐਕਟਿਵ ਲਿਸਨਿੰਗ, ਕਮਿਊਨੀਕੇਸ਼ਨ ਸਕਿੱਲਸ ਐਂਡ ਪ੍ਰੋਵਾਈਡਿੰਗ ਕੰਸਟਰਕਟਿਵ ਫੀਡਬੈਕ। ਟ੍ਰੇਨਿੰਗ ਵੀ ਹੋ ਸਕਦੀ ਇਹਦੇ ਵਿੱਚ, ਜਿਹੜਾ ਬੱਚਾ ਟਿਊਟਰ ਦਾ ਰੋਲ ਅਦਾ ਕਰਦਾ ਉਸ ਨੂੰ ਟ੍ਰੇਨਿੰਗ ਦਿੱਤੀ ਜਾਵੇ, ਗਾਈਡੈਂਸ ਦਿੱਤੀ ਜਾਵੇ ਤਾਂ ਜੋ ਬੈਟਰ ਰਿਜ਼ਲਟ ਉਹ ਦੇ ਸਕੇ। ਫਿਰ ਸਟਰਕਚਰਡ ਸੈਸ਼ਨਸ, ਪੀਅਰ ਟਿਊਟੋਰਿੰਗ ਸੈਸ਼ਨਸ ਆਰ ਸਟਰਕਚਰਡ ਐਂਡ ਗਾਈਡਡ ਬਾਈ ਸਪੈਸੀਫਿਕ ਲਰਨਿੰਗ ਓਬਜੈਕਟਿਵਸ, ਟਾਸਕ ਐਂਡ ਐਕਟੀਵਿਟੀਜ਼ ਅਗਰਿਡ ਅਪੋਨ ਬਾਈ ਦਾ ਟਿਊਟਰ ਐਂਡ ਟਿਊਟੀ। ਫਿਰ ਹੈ ਫੀਡਬੈਕ, ਟਿਊਟਰ ਪ੍ਰੋਵਾਈਡ ਕੰਸਟਰਕਟਿਵ ਫੀਡਬੈਕ ਐਂਡ ਰੀਇਨਫੋਰਸਮੈਂਟ ਟੂ ਦਾ ਟਿਊਟੀ, ਫੋਕਸਿੰਗ ਔਨ ਸਟਰੈਂਥਸ ਐਂਡ ਏਰੀਆਜ਼ ਫਾਰ ਇੰਪਰੂਵਮੈਂਟ। ਰਿਫਲੈਕਸ਼ਨ, ਬੋਥ ਦਾ ਟਿਊਟਰ ਐਂਡ ਟਿਊਟੀ ਅੰਗੇਜ ਇਨ ਰਿਫਲੈਕਸ਼ਨ ਐਂਡ ਸੈਲਫ ਅਸੈਸਮੈਂਟ ਟੂ ਇਵੈਲੂਏਟ ਦੇਅਰ ਲਰਨਿੰਗ ਪ੍ਰੋਗਰੈਸ, ਆਈਡੈਂਟੀਫਾਈ ਚੈਲੇਂਜਿਸ ਐਂਡ ਸੈੱਟ ਗੋਲਸ ਫਾਰ ਫਿਊਚਰ ਸੈਸ਼ਨਸ। ਹੁਣ ਅਸੀਂ ਇਸ ਦੇ ਬੈਨੀਫਿਟਸ ਦੇਖਦੇ ਹਾਂ। ਇਹਦੇ ਵਿੱਚ ਨੰਬਰ ਇੱਕ 'ਤੇ ਹੈਗਾ ਅਕੈਡੈਮਿਕ ਇੰਪਰੂਵਮੈਂਟ, ਪੀਅਰ ਟਿਊਟੋਰਿੰਗ ਪ੍ਰੋਵਾਈਡ ਟਾਰਗੇਟਿਡ ਸਪੋਰਟ ਐਂਡ ਪਰਸਨਲਾਈਜ਼ਡ ਇੰਸਟਰਕਸ਼ਨ ਲੀਡਿੰਗ ਟੂ ਇੰਪਰੂਵਡ ਅਕੈਡਮਿਕ ਪਰਫੋਰਮੈਂਸ, ਅੰਡਰਸਟੈਂਡਿੰਗ ਫਾਰ ਬੋਥ ਟਿਊਟਰ ਐਂਡ ਟਿਊਟੀ। ਨੈਕਸਟ ਹੈ ਇਨਕਰੀਜ਼ਡ ਅੰਗੇਜਮੈਂਟ, ਪੀਅਰ ਟਿਊਟੋਰਿੰਗ ਪ੍ਰਮੋਟ ਐਕਟਿਵ ਅੰਗੇਜਮੈਂਟ ਐਂਡ ਪਾਰਟੀਸਪੇਸ਼ਨ ਇਨ ਦਾ ਲਰਨਿੰਗ ਪ੍ਰੋਸੈਸ ਐਜ ਸਟੂਡੈਂਟ ਟੇਕ ਔਨ ਐਨ ਐਕਟਿਵ ਰੋਲ ਔਨ ਐਕਟਿਵ ਰੋਲਸ ਐਜ ਬੋਥ ਟਿਊਟਰ ਐਂਡ ਟਿਊਟੀ। ਫਿਰ ਹੈ ਐਨਹਾਂਸ ਸੋਸ਼ਲ ਸਕਿੱਲਸ, ਪੀਅਰ ਟਿਊਟੋਰਿੰਗ ਫਾਸਟਰਸ ਦਾ ਡਿਵੈਲਪਮੈਂਟ ਆਫ ਕਮਿਊਨੀਕੇਸ਼ਨ, ਕਲੈਬੋਰੇਸ਼ਨ, ਇੰਪੈਥੀ ਐਂਡ ਲੀਡਰਸ਼ਿਪ ਸਕਿੱਲਸ, ਐਨਹਾਂਸਿੰਗ ਸਟੂਡੈਂਟਸ ਸੋਸ਼ਲ ਐਂਡ ਇਮੋਸ਼ਨਲ ਕੰਪੀਟੈਂਸੀਜ਼। ਫਿਰ ਹੈ ਕੋਨਫੀਡੈਂਸ ਬਿਲਡਿੰਗ, ਬੋਥ ਟਿਊਟਰਸ ਐਂਡ ਟਿਊਟੀਜ਼ ਗੇਨ ਕੋਨਫੀਡੈਂਸ ਇਨ ਦੇਅਰ ਐਬਿਲਿਟੀਜ਼ ਥਰੂ ਦਾ ਪੀਅਰ ਟਿਊਟੋਰਿੰਗ ਪ੍ਰੋਸੈਸ ਐਜ ਦੇ ਐਕਸਪੀਰੀਅੰਸ ਸਕਸੈਸ, ਰਿਸੀਵ ਪੋਜ਼ਿਟਿਵ ਰੀਇਨਫੋਰਸਮੈਂਟ ਦੇਅਰ ਫਰੋਮ ਦੇਅਰ ਪੀਅਰਸ। ਇਨਕਲੂਸਿਵ ਕਲਾਸਰੂਮ ਕਲਚਰ, ਪੀਅਰ ਟਿਊਟੋਰਿੰਗ ਕੰਟਰੀਬਿਊਟ ਦਾ ਕ੍ਰੀਏਸ਼ਨ ਆਫ ਐਨ ਇਨਕਲੂਸਿਵ ਕਲਾਸਰੂਮ ਕਲਚਰ ਵੇਅਰ ਆਲ ਸਟੂਡੈਂਟਸ ਫੀਲ ਵੈਲਿਊਡ, ਸਪੋਰਟਿਵ ਐਂਡ ਇੰਪਾਵਰ ਟੂ ਲਰਨ ਐਂਡ ਸਕਸੀਡ ਟੂਗੈਦਰ। ਤਾਂ ਅੱਗੇ ਫਿਰ ਚੈਲੇਂਜਿਸ ਨੇ ਇਸ ਦੇ, ਮੈਚਿੰਗ ਨੀਡਸ, ਇਨਸ਼ੋਰਿੰਗ ਦੈਟ ਟਿਊਟਰਸ ਆਰ ਐਡੀਕੁਏਟਲੀ ਮੈਚਡ ਵਿਦ ਟਿਊਟੀਜ਼ ਬੇਸਡ ਔਨ ਦੇਅਰ ਸਟਰੈਂਥਸ, ਐਬਿਲਿਟੀਜ਼ ਐਂਡ ਲਰਨਿੰਗ ਨੀਡਸ ਟੂ ਮੈਕਸੀਮਾਈਜ਼ ਦਾ ਇਫੈਕਟਿਵਨੈਸ ਆਫ ਪੀਅਰ ਟਿਊਟੋਰਿੰਗ ਸੈਸ਼ਨਸ। ਨੈਕਸਟ ਹੈ ਟ੍ਰੇਨਿੰਗ ਐਂਡ ਸਪੋਰਟ, ਪ੍ਰੋਵਾਈਡ ਔਨ ਗੋਇੰਗ ਟ੍ਰੇਨਿੰਗ, ਗਾਈਡੈਂਸ ਐਂਡ ਸਪੋਰਟ ਫਾਰ ਬੋਥ ਟਿਊਟਰਸ ਐਂਡ ਟਿਊਟੀਜ਼ ਟੂ ਇਨਸ਼ੋਰ ਦੇ ਹੈਵ ਦਾ ਨੈਸੈਸਰੀ ਸਕਿੱਲਸ ਐਂਡ ਰਿਸੋਰਸਿਸ ਟੂ ਪਾਰਟੀਸਪੇਟ ਇਫੈਕਟਿਵਲੀ ਇਨ ਪੀਅਰ ਟਿਊਟੋਰਿੰਗ। ਫਿਰ ਮੋਨੀਟਰਿੰਗ ਪ੍ਰੋਸੈਸ ਪ੍ਰੋਗਰੈਸ, ਮੋਨੀਟਰਿੰਗ ਦਾ ਪ੍ਰੋਗਰੈਸ ਆਫ ਪੀਅਰ ਟਿਊਟੋਰਿੰਗ ਸੈਸ਼ਨਸ ਐਂਡ ਪ੍ਰੋਵਾਈਡਿੰਗ ਫੀਡਬੈਕ ਐਂਡ ਗਾਈਡੈਂਸ ਟੂ ਇਨਸ਼ੋਰ ਦੈਟ ਲਰਨਿੰਗ ਓਬਜੈਕਟਿਵਸ ਆਰ ਮੈਟ ਐਂਡ ਚੈਲੇਂਜਿਸ ਆਰ ਐਡਰੈਸਡ। ਇਨਸ਼ੋਰ ਇਕੁਇਟੀ, ਇਨਸ਼ੋਰਿੰਗ ਦਾ ਦੈਟ ਪੀਅਰ ਟਿਊਟੋਰਿੰਗ ਓਪਰਚੁਨਿਟੀਜ ਆਰ ਇਕੁਇਟੇਬਲ ਐਂਡ ਐਕਸੈਸਿਬਲ ਟੂ ਆਲ ਰਿਗਾਰਡਲੈਸ ਆਫ ਦੇਅਰ ਬੈਕਗਰਾਊਂਡ, ਐਬਿਲਿਟੀਜ਼ ਐਂਡ ਲਰਨਿੰਗ ਨੀਡਸ। ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਪੀਅਰ ਟਿਊਟੋਰਿੰਗ ਆ ਇਨਕਲੂਸਿਵ ਐਜੂਕੇਸ਼ਨ ਦੇ ਵਿੱਚ ਇਜ਼ ਅ ਵੈਲਿਊਏਬਲ ਸਟ੍ਰੈਟਜੀ
ਫਾਰ ਪ੍ਰਮੋਟਿੰਗ ਅਕੈਡੈਮਿਕ ਅਚੀਵਮੈਂਟ, ਸੋਸ਼ਲ ਇੰਟਰੈਕਸ਼ਨ ਐਂਡ ਪੋਜ਼ਿਟਿਵ ਪੀਅਰ ਰਿਲੇਸ਼ਨਸ਼ਿਪਸ ਇਨ ਦਾ ਕਲਾਸਰੂਮ। ਤਾਂ ਇਹ ਜਿਹੜੀ ਇਸ ਤਰ੍ਹਾਂ ਦੀ ਸਟ੍ਰੈਟਜੀ ਆ ਜਿਹਦੇ ਨਾਲ ਬੱਚੇ ਬਹੁਤ ਜਲਦੀ ਸਿੱਖਦੇ ਨੇ ਅਤੇ ਇਫੈਕਟਿਵ ਜਿਹੜਾ ਇਹ ਕਲਾਸਰੂਮ ਇਨਵਾਇਰਮੈਂਟ ਹੁੰਦਾ, ਕਿਉਂਕਿ ਜਿਹੜੀਆਂ ਤੁਹਾਡੀਆਂ ਡਿਸਿਪਲਿਨ ਦੀਆਂ ਪ੍ਰੋਬਲਮਸ ਹੁੰਦੀਆਂ ਨੇ ਉਹ ਵੀ ਸੋਲਵ ਹੁੰਦੀਆਂ ਨੇ। ਤਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ, ਫਿਰ ਮਿਲਦੇ ਹਾਂ ਨੈਕਸਟ। ਓਕੇ, ਥੈਂਕਸ।